ਇੱਥੇ ਜੀ ਬਲੈਕ ਗੋਲੀਆਂ ਲੈ ਲੈ ਕੇ ਵੇਚੀ ਜਾਂਦੇ ਆ, ਬਾਹਰ ਸ਼ਰੇਆਮ ਵਿਗੰਡੀਆਂ ਪੱਤੇ ਲੈ ਕੇ ਘੁੰਮਣ ਡਏ ਆ। ਹਾਂਜੀ, ਜਿਹੜੇ ਜਿਨ੍ਹਾਂ ਦੀਆਂ ਆਈਡੀਆਂ ਬਣੀਆਂ ਵਾ ਉਹਨਾਂ ਨੂੰ ਧੱਕੇ ਮਾਰਨ ਡਏ ਆ, ਤੇ ਉਹਨਾਂ ਦਾ ਸਿਰਫ ਇਹ ਕਿ ਰਹਿਣਾ ਦੀ ਰਲੀ ਭੁਗਤੇ ਆ, ਉਹ ਉਹਨਾਂ ਨੂੰ ਦੇਣ ਦੇ ਦਵਾਈ ਬਾਹਰ ਜਾ ਕੇ ਬਲੈਕ 'ਚ ਵਿਗੜ ਰਹੀ ਆ। ਕਿ ਇਹ ਵੀਰ ਜਿਹੜੇ ਆ ਸਾਰੇ ਦੂਰਾਂ ਦੂਰਾਂ ਪਿੰਡਾਂ ਤੋਂ ਆਏ ਆ, ਕੋਈ 100 ਦਾ ਤੇਲ ਪਵਾ ਕੇ ਆਇਆ, ਕੋਈ 50 ਦਾ ਤੇਲ ਪਵਾ ਕੇ ਆਇਆ, ਰੋਜ਼ ਆਉਂਦੇ ਆ, ਰੋਜ਼ ਇਹਨਾਂ ਨੂੰ ਮੋੜ ਦਿੰਦੇ ਆ, ਕਦੀ ਅੱਜ ਤੇ ਕਦੀ ਕੱਲ। ਅਸੀਂ ਕੰਮ ਤੋਂ ਅੱਧੇ ਘੰਟੇ ਦੀ ਛੁੱਟੀ ਲੈ ਕੇ ਆਏ ਆ, ਤੇ ਘੰਟਾ ਸਾਨੂੰ ਲਾਈਨ 'ਚ ਲੱਗਿਆ ਹੋ ਗਿਆ, ਘੰਟਾ ਡੇਢ ਘੰਟਾ, ਤੇ ਲਾਈਨ ਤੋੜ ਕਰਾਤੀ ਆ ਮੁਲਾਜ਼ਮਾਂ ਨੂੰ ਕਹਿ ਕੇ ਭਜਾਤਾ ਵਾ, ਤੇ ਮੈਡਮਾਂ ਘਰਾਂ ਨੂੰ ਚਲੇ ਗਈਆਂ ਵਾ। ਇਹ ਨਾ ਪੰਜਾਬ ਸਰਕਾਰ ਦੁਆਰਾ ਇਹ ਖੁੱਲ੍ਹਿਆ ਹੋਇਆ ਆਊਟ ਸੈਂਟਰ ਆ। ਦਰਅਸਲ ਅੱਜ ਸਵੇਰ ਦੀ ਹੀ ਇਹ ਆਈਡੀ ਬਿਲਕੁਲ ਸਲੋ ਸਲੋ ਚੱਲ ਰਹੀ ਸੀ, ਇਹ ਕਰਕੇ ਬੜੀ ਮੁਸ਼ਕਿਲ ਐਂਟਰੀ ਪੈ ਰਹੀ ਸੀ, ਅਤੇ ਹੁਣ 12 ਵਜੇ ਤੋਂ ਬਾਅਦ ਨਾ ਇਹ ਬਿਲਕੁਲ ਬੰਦ ਹੋ ਗਈ ਆ, ਅਤੇ ਉਹ ਤਾਂ ਕਰਕੇ ਇਹਨਾਂ ਨੂੰ ਮੁਸ਼ਕਿਲ ਆ ਰਹੀ ਆ। ਇਹੋ ਜਿਹੀ ਕੋਈ ਗੱਲ ਨਹੀਂ, ਜਦੋਂ ਓਪਨ ਹੋ ਗਈ ਤਾਂ ਅਸੀਂ ਇਹਨਾਂ ਨੂੰ ਇਹ ਦਵਾਈ ਦੇਵਾਂਗੇ। ਗਲਤ ਅੱਗੋਂ ਬੋਲਦੇ ਆ, ਤੁਸੀਂ ਕਿੱਧਰ ਤੁਰੇ ਫਿਰਦੇ ਨੇ, ਜਾ ਕੇ ਕੰਮ ਕਰੋ, ਕਿੱਥੋਂ ਕੰਮ ਕਰੀਏ ਜਾ ਕੇ, ਪਹਿਲਾਂ ਸਾਨੂੰ ਇਹਨਾਂ ਸਵੇਰ ਦਾ ਘਰ ਹੈ ਜੀ। ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਇੱਥੇ ਜੀ ਬਲੈਕ ਗੋਲੀਆਂ ਲੈ ਲੈ ਕੇ ਵੇਚੀ ਜਾਂਦੇ ਆ, ਬਾਹਰ ਸ਼ਰੇਆਮ ਵਿਗੰਡੀਆਂ ਪੱਤੇ ਲੈ ਕੇ ਘੁੰਮਣ ਡਏ ਆ। ਹਾਂਜੀ, ਜਿਹੜੇ ਜਿਨ੍ਹਾਂ ਦੀਆਂ ਆਈਡੀਆਂ ਬਣੀਆਂ ਵਾ ਉਹਨਾਂ ਨੂੰ ਧੱਕੇ ਮਾਰਨ ਡਏ ਆ, ਤੇ ਉਹਨਾਂ ਦਾ ਸਿਰਫ ਇਹ ਕਿ ਰਹਿਣਾ ਦੀ ਰਲੀ ਭੁਗਤੇ ਆ, ਉਹ ਉਹਨਾਂ ਨੂੰ ਦੇਣ ਦੇ ਦਵਾਈ ਬਾਹਰ ਜਾ ਕੇ ਬਲੈਕ 'ਚ ਵਿਗੜ ਰਹੀ ਆ। ਹਾਂਜੀ, ਸਾਨੂੰ ਮੁਸ਼ਕਿਲ ਹੈ, ਸਾਨੂੰ ਦਵਾਈ ਨਹੀਂ ਮਿਲ ਰਹੀ, ਦਵਾਈ ਨਹੀਂ ਮਿਲ ਰਹੀ, ਸਾਨੂੰ ਦਵਾਈ ਨਹੀਂ ਮਿਲ ਰਹੀ ਜੀ, ਪਹਿਲਾਂ ਖਿੜਦੀ ਬੰਦ ਹੋ ਗਈ ਆ। ਹਾਂਜੀ, ਇਹ ਕਹਿੰਦਾ ਜੀ ਆਪਣਾ ਟਾਈਮ ਨਹੀਂ ਹੈਗਾ, ਕੱਲ ਨੂੰ ਆਇਓ ਜੀ। ਵਾਹਿਗੁਰੂ ਜੀ ਕੀ ਫਤਿਹ। ਮੇਰੀ ਬੇਨਤੀ ਇਹ ਆ ਕਿ ਇਹ ਵੀਰ ਜਿਹੜੇ ਆ ਸਾਰੇ ਦੂਰਾਂ ਦੂਰਾਂ ਪਿੰਡਾਂ ਤੋਂ ਆਏ ਆ, ਕੋਈ 100 ਦਾ ਤੇਲ ਪਵਾ ਕੇ ਆਇਆ, ਕੋਈ 50 ਦਾ ਤੇਲ ਪਵਾ ਕੇ ਆਇਆ, ਰੋਜ਼ ਆਉਂਦੇ ਆ, ਰੋਜ਼ ਇਹਨਾਂ ਨੂੰ ਮੋੜ ਦਿੰਦੇ ਆ, ਕਦੀ ਅੱਜ ਤੇ ਕਦੀ ਕੱਲ, ਕਦੀ ਅੱਜ ਤੇ ਕਦੀ ਕੱਲ। ਇੱਕ ਦਿਨ ਦੀ ਗੱਲ ਆ ਕਿ ਮੈਂ ਦਵਾਈ ਲੈਣ ਆਇਆ ਵਾਂ, ਮੇਰੀ ਮੰਮੀ ਬਿਮਾਰ ਸੀ, ਉਹਦਾ ਅੰਗੂਠਾ ਵੱਢਿਆ ਗਿਆ ਵਾ ਸ਼ੂਗਰ ਦੇ ਕਾਰਨ। ਮੈਡਮ ਨੇ ਫੜ ਕੇ ਮੇਰਾ ਆਧਾਰ ਕਾਰਡ ਗੱਲੇ ਦੇ ਵਿੱਚ ਰੱਖ ਲਿਆ, ਕਹਿੰਦੀ ਜਾ ਮੈਂ ਤੇਰੀ ਆਈਡੀ ਬਲੌਕ ਕਰ ਦੂੰਗੀ। ਤੁਸੀਂ ਮੈਨੂੰ ਦੱਸੋ ਵੀਰ ਜੀ, ਇਹ ਧੱਕਾ ਨਹੀਂ ਸਰਾਸਰ ਤੇ ਕੀ ਆ? ਸਾਰੇ ਜੇ ਦਵਾਈ ਇਹ ਸੈਂਟਰ ਵਾਲੀ ਲੈਣ ਆਉਂਦੇ ਆ ਜੀ, ਸਾਨੂੰ ਨਸ਼ਾ ਦੀ ਗੋਲੀ ਜਿਹੜੀ ਆ, ਨਸ਼ਾ ਛਡਾਉਣ ਦੀ ਗੋਲੀ ਜਿਹੜੀ ਇਹ ਲੱਗੀ ਹੈ, ਇਹਨਾਂ ਆਪ ਸਾਨੂੰ ਲਾਈ ਆ ਵੀ ਸਰਕਾਰੀ ਜਿਹੜਾ ਤੁਹਾਨੂੰ ਨਸ਼ਾ ਕਰਦੇ ਜੇ, ਇਹ ਜਿਹੜਾ ਗਲਤ ਕੰਮ ਕਰਦੇ ਛੱਡੋ। ਹੁਣ ਇਹ ਦਵਾਈ ਨਹੀਂ ਭਾਜੀ ਸਾਨੂੰ ਮਿਲ ਰਹੀ, ਤੁਸੀਂ ਦੱਸੋ ਵੀ ਕਿੱਥੇ ਜਾਈਏ ਤੇ ਕਿੱਥੇ, ਇਹ ਕਿੰਨੇ ਸਾਡੇ ਵੀਰ ਜਿਹੜੇ ਭਰਾ ਵਾ, ਸਾਡੇ ਭਰਾ ਸਾਰੇ ਖਲੋਤੇ ਆ, ਇਹ ਕਿੱਥੇ ਜਾਣਗੇ? ਸਰ ਇਹ ਮੁਸ਼ਕਿਲ ਇਹ ਆ ਵੀ ਟਾਈਮ ਤੋਂ ਪਹਿਲਾਂ ਖਿੜਕੀ ਬੰਦ ਕਰਤੀ ਆ, ਤੇ ਸਾਡਾ ਅਸੀਂ ਕੰਮ ਤੋਂ ਅੱਧੇ ਘੰਟੇ ਦੀ ਛੁੱਟੀ ਲੈ ਕੇ ਆਏ ਆ, ਤੇ ਘੰਟਾ ਸਾਨੂੰ ਲਾਈਨ 'ਚ ਲੱਗਿਆ ਹੋ ਗਿਆ, ਘੰਟਾ ਡੇਢ ਘੰਟਾ, ਤੇ ਲਾਈਨ ਤੋੜ ਕਰਾਤੀ ਆ ਮੁਲਾਜ਼ਮਾਂ ਨੂੰ ਕਹਿ ਕੇ ਭਜਾਤਾ ਵਾ, ਤੇ ਮੈਡਮਾਂ ਘਰਾਂ ਨੂੰ ਚਲੇ ਗਈਆਂ ਵਾ। ਤੇ ਦੱਸੋ ਵੀ, ਮੈਨੂੰ ਦੱਸੋ ਵੀ ਇਹ ਇੰਨੀਆਂ ਇੰਨੀਆਂ ਤਨਖਾਹਾਂ ਲੈਂਦਾ ਆ, ਇਹ ਟਾਈਮ ਤੋਂ ਪਹਿਲਾਂ ਖਿੜਕੀ ਬੰਦ ਕਰ ਸਕਦੇ ਆ? ਕਰ ਸਕਦੇ ਖਿੜਕੀ ਬੰਦ? ਪਹਿਲਾਂ ਇਹ ਕੋਈ ਆਈ ਡੀ ਬੰਦ ਵਗੈਰਾ ਇਹਨਾਂ ਦੀ ਨਹੀਂ ਕੀਤੀ ਹੋਈ, ਇਹ ਨਾ ਪੰਜਾਬ ਸਰਕਾਰ ਦੁਆਰਾ ਇਹ ਖੁੱਲ੍ਹਿਆ ਹੋਇਆ ਆਊਟ ਸੈਂਟਰ ਆ। ਦਰਅਸਲ ਅੱਜ ਸਵੇਰ ਦੀ ਹੀ ਇਹ ਆਈਡੀ ਬਿਲਕੁਲ ਸਲੋ ਸਲੋ ਚੱਲ ਰਹੀ ਸੀ, ਇਹ ਕਰਕੇ ਬੜੀ ਮੁਸ਼ਕਿਲ ਐਂਟਰੀ ਪੈ ਰਹੀ ਸੀ, ਅਤੇ ਹੁਣ 12 ਵਜੇ ਤੋਂ ਬਾਅਦ ਨਾ ਇਹ ਬਿਲਕੁਲ ਬੰਦ ਹੋ ਗਈ ਆ, ਅਤੇ ਉਹ ਤਾਂ ਕਰਕੇ ਇਹਨਾਂ ਨੂੰ ਮੁਸ਼ਕਿਲ ਆ ਰਹੀ ਆ। ਇਹੋ ਜਿਹੀ ਕੋਈ ਗੱਲ ਨਹੀਂ, ਜਦੋਂ ਓਪਨ ਹੋ ਗਈ ਤਾਂ ਅਸੀਂ ਇਹਨਾਂ ਨੂੰ ਦਵਾਈ ਦੇਵਾਂਗੇ। ਕੋਈ ਕਮੀ ਨਹੀਂ ਭਾਅ ਜੀ, ਸਾਡੇ ਕੋਲ ਕਾਫੀ ਦਵਾਈ ਪਈ ਹੋਈ ਆ। ਇਹ ਦਰਅਸਲ ਨਾ ਇਹਨਾਂ ਨੂੰ ਦਵਾਈ ਮਿਲੀ ਨਹੀਂ ਹੋਈ ਆ, ਉਹ ਸਿਰਫ ਸਾਡੀ ਇਹਦੇ ਵਿੱਚ ਕੋਈ ਗਲਤੀ ਨਹੀਂ, ਸਟਾਫ ਸਾਰਾ ਮੌਜੂਦ ਆ, ਆਪਾਂ ਦਵਾਈ ਉਹ ਆਨਲਾਈਨ ਐਂਟਰੀ ਨਹੀਂ ਪੈ ਰਹੀ ਉਹਦੇ ਉੱਤੇ, ਬਿਲਕੁਲ ਬੰਦ ਹੋ ਗਿਆ ਸਰਵਰ, ਡਾਊਨ ਆ।